ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਆ? ਠੀਕ ਠਾਕ ਹੋ? ਸੋ ਸਵਾਗਤ ਆ ਤੁਹਾਡੇ ਆਪਣੇ ਚੈਨਲ ਪਰਮ ਇਨ ਯੂਕੇ ਦੇ ਵਿੱਚ। ਸੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਜੀ, ਜਿਨ੍ਹਾਂ ਕੋਲ 3 ਤੋਂ ਲੈ ਕੇ 10 ਸਾਲ ਦਾ ਐਕਸਪੀਰੀਅੰਸ ਆ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ 'ਚ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵੀ ਕੈਟਾਗਰੀ ਕੋਈ ਵੀ ਫੀਲਡ ਦੇ ਵਿੱਚ, ਸਪੈਸ਼ਲੀ ਜੇ ਤੁਸੀਂ ਕਿਤੇ KFC 'ਚ ਕੰਮ ਕੀਤਾ ਜਾਂ ਮੈਕਡੋਨਲਡਸ ਕੀਤਾ ਵਾ ਜਾਂ ਆਪਣਾ ਡੋਮੀਨੋਸ 'ਚ ਕੀਤਾ ਵਾ, ਹੈ ਨਾ, ਦੈਨ ਤੁਸੀਂ ਆਪਣਾ ਸਕਿੱਲਡ ਵਰਕਰ ਵੀਜ਼ਾ ਲੈ ਸਕਦੇ ਹੋ। ਉਹ ਕਿੱਦਾਂ ਲੈਣਾ ਵਾ ਜੇ ਤੁਸੀਂ ਚਾਹੁੰਦੇ ਹੋ ਮੈਂ ਉਹ 'ਤੇ ਵੀਡੀਓ ਬਣਾਵਾਂ, ਅਤੇ ਮੈਨੂੰ ਕਮੈਂਟ ਦੇ ਵਿੱਚ ਕਮੈਂਟ ਕਰਕੇ ਦੱਸੋ, ਫਿਰ ਮੈਂ ਤੁਹਾਡੇ ਲਈ ਇੱਕ ਵੀਡੀਓ ਪ੍ਰੋਵਾਈਡ ਕਰੂੰਗਾ, ਠੀਕ ਆ, ਫੁੱਲ ਯੂਟਿਊਬ 'ਤੇ। ਹਾਂਜੀ ਮਿੱਤਰੋ, ਇੱਕ ਗੱਲ ਹੋਰ ਸੀਗੀ, ਅਤੇ ਜੇ ਤੁਸੀਂ ਚਾਹੁੰਦੇ ਮੈਂ ਵੀਡੀਓ ਬਣਾਵਾਂ, ਮੈਂ ਤੁਹਾਨੂੰ UKVI ਤੋਂ ਤੁਸੀਂ ਕਿੱਦਾਂ ਅਪਲਾਈ ਕਰਨਾ ਤੁਸੀਂ ਖੁਦ ਵੀ ਕਰ ਸਕਦੇ ਹੋ, ਮੈਂ ਸਾਰੀ ਤੁਹਾਨੂੰ ਵੀਡੀਓ ਪ੍ਰੋਵਾਈਡ ਕਰੂੰਗਾ। ਸੋ ਮੇਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ, ਠੀਕ ਹੈ, ਅਤੇ ਬਾਕੀ ਤੁਸੀਂ ਯੂਟਿਊਬ 'ਤੇ ਜੇ ਮੈਨੂੰ ਕਮੈਂਟ ਕਰੋਗੇ ਤਾਂ ਹੀ ਮੈਂ ਉਹ ਤੁਹਾਨੂੰ ਵੀਡੀਓ ਪ੍ਰੋਵਾਈਡ ਕਰੂੰਗਾ।